ਆਜ਼ਾਦੀ ਦਿਵਸ ਤੇ ਕਹਾਣੀ ਹੈ ਪਾੜ ਲੇਖਕ ਮੋਨ ਪੰਡਾਰੀ ਪੈਨ ਡਾਇਨੋ ਨੂੰ ਹੁਣ ਇੱਕ ਮਹੀਨਾ ਬੀਤਣ ਲੱਗਾ ਸੀ ਨਾ ਉਹ ਤੋਂ ਗੱਲ ਤੁਰਦੀ ਸੀ ਨਾ ਮੈਥੋਂ ਅਸੀਂ ਦੋਵੇਂ ਬੋਲਣ ਚਾਲਣ ਕਰਕੇ ਉਲਝ ਜਾਂਦੇ ਸਾਂ ਆਪਣੀਆਂ ਸੋਚਾਂ 'ਚ ਆਪਣੀਆਂ ਸੰਸਿਆਂ 'ਚ ਆਪਣੀ ਕੁੜਤਾਂ 'ਚ ਭਰੇ ਪੀਤੇ ਕੋ ਦੂਜੇ ਵੱਲ ਵੇਖਦੇ ਸਾਂ ਜਾਂ ਇਧਰ ਉਧਰ ਝਾਕੀ ਜਾਂਦੇ ਸਾਂ ਜਦੋਂ ਕੁਝ ਵੀ ਨਾ ਸੁੱਝਦਾ ਤਾਂ ਅੱਕ ਜਾਂਦਾ ਰਿੱਖੀ ਜਿਹੀ ਅੱਖੇ ਜਿਹਾ ਛੱਤ ਵੱਲ ਟਿਕ ਟਿਕ ਹੀ ਬਣ ਕੇ ਵੇਖਣ ਲੱਗ ਪੈਂਦਾ ਤੇ ਜਾਂ ਫਿਰ ਕੰਧ ਵੱਲ ਮੂੰਹ ਕਰਕੇ ਹੁਬਕੀਆਂ ਰੋਈ ਜਾਂਦਾ ਮੈਂ ਨਿੰਮੋ ਝੋਣਾ ਉਹਦੇ ਕੋਲ ਬੈਠਾ ਰਹਿੰਦਾ ਜਿੱਚ ਹੋਇਆ ਆਪਣਾ ਅੰਦਰ ਫਰੋਲਦਾ ਉਹਦੇ ਅੰਦਰਲੇ ਨੂੰ ਜਾਣਨ ਲਈ ਕਹਲਾ ਸੱਚਮੁੱਚ ਡਰ ਗਿਆ ਸੀ ਮੈਂ ਉਹਦੀ ਚੁੱਪ ਤੋਂ ਗੰਦਲੇ ਤੇ ਕੁਸੈਲੇ ਵਾਤਾਵਰਨ ਤੋਂ ਤਣਾਉ ਭਰੀ ਸਥਿਤੀ ਤੋਂ ਗੋਡਿਆਂ ਭਾਰ ਹੋ ਮੈਂ ਉਹਦੇ ਮੂੰਹ ਤੇ ਮੂੰਹ ਕੀਤਾ ਕੀ ਦੇਖਦਾ ਅੱਖਾਂ ਉਹਦੀਆਂ ਡੁੱਬ ਡੁਬਾ ਦੀ ਘਮਣ ਘੇਰੀ ਚ ਭਟਕ ਰਹੀਆਂ ਸਨ ਰੋਣ ਰੋਣ ਕਰਦੀਆਂ ਅੱਧ ਭਰੀਆਂ ਅੱਧ ਸੁੱਕੀਆਂ ਇਹ ਕਿਹਾ ਰੋਣ ਸੀ ਕਿ ਉਹਦਾ ਪੂਰਾ ਆਪਾ ਨਹੀਂ ਸੀ ਛਲਕ ਰਿਆ ਆਪ ਮੁਹਾਰੇ ਵੇਖ ਜ ਕੁੱਟਣ ਸਾਹ ਸੌਖਾ ਨਹੀਂ ਸੀ ਆਉਣ ਦੇ ਰਹੀ ਅੰਦਰ ਕੋਈ ਗੰਢ ਸੀ ਉਹੀ ਨਹੀਂ ਸੀ ਖੁੱਲ ਰਹੀ ਉਹਦੀ ਸਾਦਗੀ ਸਰਲਤਾ ਤੇ ਕੁਦਰਤੀ ਰੌਣ ਪਤਾ ਨਹੀਂ ਕਿੱਥੇ ਲੋਪ ਹੋ ਗਈ ਸੀ ਇਹ ਕਾਤਕ ਸੀ ਉਹਦੇ ਲਈ ਨਹੀਂ ਨਹੀਂ ਸਾਡੇ ਲਈ ਹਾਂ ਸਾਡੇ ਦੋਨਾਂ ਲਈ ਇੱਕ ਇਕੱਲੇ ਬੰਦੇ ਦੇ ਜਿਉਣ ਦਾ ਕੀ ਹੱਜ ਹੈ ਉਹ ਨਹੀਂ ਆਇਆ ਸੀ ਤਾਂ ਮੈਨੂੰ ਇਸ ਗੱਲ ਦਾ ਸੁੱਚੇ ਤਹਾਸ ਨਹੀਂ ਸੀ ਹੁਣ ਹੋਇਆ ਹੁਣ ਜਦੋਂ ਮੇਰੇ ਕੋਲ ਹੈ ਮੇਰੇ ਸਾਹਮਣੇ ਪਿਆ ਘੁੱਟਿਆ ਘੁੱਟਿਆ ਵਟਿਆ ਵਟਿਆ ਆਪਣੇ ਆਪ ਨਾਲ ਘੁਲ ਰਿਹਾ ਆਪਣੇ ਆਪ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਕਦੇ-ਕਦੇ ਹੰਬੜਾ ਮਾਰ ਮੇਰੇ ਵੱਲ ਆਉਲ ਰਿਹਾ ਉਸ ਸਦਖੜ ਬੰਦੇ ਨੂੰ ਈਓ ਆਪਣੇ ਸਾਹਮਣੇ ਪਿਆ ਵੇਖ ਮੇਰੇ ਅੰਬੁੱਲਾਂ ਤੇ ਮੁਸਕਾਨ ਖੇਡ ਗਈ ਉਸ ਜ਼ਿੰਦਗੀ ਦਾ ਖੂਬਸੂਰਤ ਇਤਫਾਕ ਸੀ ਜਾਂ ਉਹਦੀ ਕਾਰਸਾਜ਼ੀ ਕੀ ਕਹੀਏ ਮੈਂ ਤਾਂ ਕੇਵਲ ਉਹਦੇ ਦੂਜੇ ਜਨਮ ਦਾ ਗਵਾਹ ਹਾਂ ਗੱਲ 1947 ਦੇ ਹੱਲਿਆਂ ਦੀ ਹੈ ਜਦੋਂ ਇੱਕ ਸਾਕੇ ਚ ਨੇ ਕੰਪੋਲੇ ਭਾਲੇ ਲੋਕ ਲੰਬੜੇ ਰਾਹੀ ਤੁਰ ਗਏ ਪਿੱਛੇ ਰਹਿ ਗਿਆ ਇੱਕ ਬਾਲ ਨਿਹਰਾ ਫਲੂਆ ਰੂਨ ਦਾ ਫੰਬਾ ਜੋ ਜੇ ਧੀਵੇ ਦੀ ਬੱਤੀ ਬਣ ਕੇ ਜਗੇ ਤਾਂ ਘਰ ਚ ਚਾਨਣ ਚਾਨਣ ਹੋ ਜਾਏ ਨਹੀਂ ਤਾਂ ਅੱਗ ਲੱਗੀ ਫੁੱਲੂਆ ਮਚਿਆ ਜਿਵੇਂ ਤੱਤੇ ਤਵੇ ਤੇ ਪਾਣੀ ਦੀ ਛਿੱਟ ਇੱਕ ਬਿੰਦ ਦੀ ਚਿਰੜ ਤੇ ਬਸ ਖੇਡ ਖਤਮ ਐਉਂ ਹੀ ਹੋਇਆ ਸੀ ਉਦੋਂ ਐਉਂ ਹੀ ਚੰਗੇ ਭਲੇ ਬੰਦੇ ਦੈਂਤ ਬਣ ਗਏ ਤੇ ਲੱਗੇ ਮਨੁੱਖਤਾ ਦੇ ਆਹੂ ਲਾਉਣ ਉਦੋਂ ਮੇਰੀ ਰੂਹ ਦੇ ਅੰਦਰ ਇੱਕ ਜ਼ਖਮ ਹੋਇਆ ਤੇ ਫਿਰ ਸਮੇਂ ਦੀ ਗਰਦ ਹੇਠ ਦੱਬ ਗਿਆ ਹੋਂ ਜਦੋਂ ਮੇਰੇ ਕੋਲ ਹੈ ਮੇਰੇ ਸਾਹਮਣੇ ਪਿਆ ਤਾਂ ਰੂਹ ਮੇਰੀ ਦਾਇ ਜ਼ਖਮ ਫੇਰ ਉੱਚੜ ਗਿਆ ਇੱਕ ਭੁੱਲਿਆ ਵਿਸਰਿਆ ਚਿੱਤਰ ਜਿਉਂਦਾ ਜਾਗਦਾ ਦ੍ਰਿਸ਼ ਬਣ ਕੇ ਮੇਰੀਆਂ ਅੱਖਾਂ ਸਾਹਮਣੇ ਬਣ ਕੇ ਸਾਕਾਰ ਹੋ ਗਿਆ ਮੈਂ ਆਪਣੇ ਪਿੰਡ ਕੋਲ ਦੀ ਵਗਦੀ ਨਹਿਰ ਦੀ ਪੁਲੀ ਤੇ ਖੜਾ ਮੁਸਲਮਾਨਾਂ ਦੇ ਘਰਾਂ ਤੇ ਪਿੰਡਾਂ ਚੋਂ ਅੱਗ ਦੇ ਲਾਂਬੂ ਉੱਠ ਰਹੇ ਨੇ ਅਸਮਾਨ ਵੱਲ ਚਾਰੇ ਪਾਸੇ ਧੁਆਈ ਧੁਆ ਕੁਝ ਬੰਦਿਆਂ ਦਾ ਇੱਕ ਜਥਾ ਧਗੜ ਧਗੜ ਕਰਦਾ ਪੁਲੀ ਤੇ ਆ ਗਿਆ ਰੌਲਾ ਪੈ ਰਿਹਾ ਹੈ ਦੇਵੀ ਦੇਵਤਿਆਂ ਗੁਰੂਆਂ ਦੀਆਂ ਸੋਆਂ ਖਾਂਦੇ ਬੰਦੇ ਮੁਸਲਮਾਨਾਂ ਨੂੰ ਮਾਰ ਮੁਕਾ ਦੇਣ ਦੀਆਂ ਗੱਲਾਂ ਕਰ ਰਹੇ ਨੇ ਪਾਕਿਸਤਾਨ ਚ ਵੱਡੇ ਟੁੱਕੇ ਹੀ ਹਿੰਦੂਆਂ ਸਿੱਖਾਂ ਦਾ ਬਦਲਾ ਲੈਣ ਦੀਆਂ ਗੱਲਾਂ ਦੇਖੋ ਇਹ ਕਿੰਨੇ ਜ਼ਾਲਮ ਨੇ ਸਾਲੇ ਮੁਸਲਕੜ ਭਰੀਆਂ ਗੱਡੀਆਂ ਚੋਂ ਕੱਢ-ਕੱਢ ਕੇ ਹਜ਼ਾਰਾਂ ਬੰਦੇ ਮਾਰਤੇ ਜਥੇ ਚ ਇੱਕ ਬੰਦਾ ਲਲਕਾਰਾ ਮਾਰ ਕੇ ਕਹਿ ਰਿਹਾ ਅਸੀਂ ਵੀ ਇੱਕ ਨਹੀਂ ਛੱਡਣਾ ਖੂਨ ਦਾ ਬਦਲਾ ਖੂਨ ਦੂਜਾ ਵੰਗਾਰ ਦਾ ਮਾਰੋ ਮਾਰੋ ਕਰਦੇਓ ਮਾਹੋ ਰਾਣੇ ਦੇ ਪੋਲ ਵੱਲ ਵਧ ਰਹੇ ਨੇ ਮੈਂ ਵੀ ਮਗਰੇ ਮਗਰ ਛਵੀਆਂ ਗੰਡਾਸੀ ਬਰਛੇ ਤੇ ਦੋ ਨਾਲੀਆਂ ਰਫਲਾ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਗਾਲਾਂ 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 ਹੋਰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਉਹ ਸਾਹਮਣੇ ਮਾਹੋ ਰਾਣੇ ਦਾ ਪੋਲਾ ਮੁਸਲਮਾਨਾਂ ਦੇ ਕਾਫਲੇ ਨੇ ਉੱਥੋਂ ਦੀ ਹੀ ਤਾਂ ਲੰਘਣਾ ਹੈ ਦੇਖਾਂਗੇ ਕਿਵੇਂ ਲੰਘਦੇ ਨੇ ਮਲੇਰਕੋਟਲੇ ਨੂੰ ਇੱਕ ਗੜਕਵੀਂ ਆਵਾਜ਼ ਗੂੰਜਦੀ ਹੈ ਦੂਜੇ ਪਿੰਡਾਂ ਤੋਂ ਵੀ ਜਥੇ ਪੁੱਲ ਤੇ ਪੁੱਜ ਗਏ ਨੇ ਪੁੱਜ ਰਹੇ ਨੇ ਪੁਲਾਂ ਦੇ ਖੱਬੇ ਬੰਨੇ ਖੜੀ ਇੱਕ ਮਜ਼ਬੂਤ ਟਾਲੀ ਚੀਰੀ ਜਾ ਰਹੀ ਸੀ ਪੁੱਲ ਦਾ ਰਾਹ ਜੋ ਰੋਕਣਾ ਨਹੀਂ ਤਾਂ ਬਚ ਕੇ ਨਿਕਲ ਜਾਣਗੇ ਜਾਣਗੇ ਕਿੱਥੇ ਅਸੀਂ ਜਾਣ ਦਿੰਨੇ ਆਂ ਮਾਂ ਦਾ ਦੁੱਧ ਚੁੰਘਿਆ ਕੁੱਤੀ ਦਾ ਨਹੀਂ ਆਵਾਜ਼ਾਂ ਖਸ ਰਹੀਆਂ ਨੇ ਫੈਲ ਰਹੀਆਂ ਨੇ ਜ਼ੋਰ ਲਗਾ ਕੇ ਹਾਈ ਸ਼ਾ ਮੈਨ ਨਹੀਂ ਹਟਣਾ ਹਾਈ ਸ਼ਾ ਕੁਝ ਜਵਾਨ ਇੱਕ ਮੋਢੇ ਖੁੰਡ ਨੂੰ ਰਸੇ ਨਾਲ ਖਿੱਚ ਕੇ ਪੁਲ ਵੱਲ ਜਾ ਰਹੇ ਨੇ ਬੱਲੇ ਓਏ ਸ਼ੇਰੋ ਖਿੱਚੋ ਖਿੱਚੋ ਪੁੰਨ ਦਾ ਕੰਮ ਹੈ ਇੱਕ ਜਣਾ ਹੱਲਾਸ਼ੇਰੀ ਦੇ ਰਿਹਾ ਹੈ ਪੂਰੀ ਟਾਲੀ ਚੀਰੀ ਨਹੀਂ ਜਾ ਸਕੀ ਪਾੜ ਮਸਾਦ ਤੱਕ ਹੀ ਗਿਆ ਹੈ ਚੀਰਨ ਵਾਲੇ ਹਫ ਰਹੇ ਨੇ ਪਸੀਨਾ ਪੁੰਝ ਰਹੇ ਨੇ ਸਿਲ ਵਰਗੀ ਬੱਜਰ ਐ ਸਾਲੀ ਇੱਕ ਜਣਾ ਬੇਬਸ ਰਿਆ ਹੋ ਕੇ ਕਹਿ ਰਿਹਾ ਇਹਨੇ ਨੂੰ ਆਗੇ ਓਏ ਆਗੇ ਓਏ ਦਾ ਰੌਲਾ ਪੈਣ ਲੱਗ ਪੈਂਦਾ ਕਾਫਲਾ ਸੱਚਮੁੱਚ ਅੱਗੇ ਵਧਦਾ ਆ ਰਿਹਾ ਹੈ ਬਹੁਤ ਲੰਬਾ ਹੈ ਬੁੱਲੇ ਬੁੱਲੇ ਕਿੰਨਾ ਲੰਬਾ ਕਾਫਲਾ ਮੇਰੇ ਮੂੰਹ ਸੁਤੇ ਸਿੱਧ ਨਿਕਲ ਜਾਂਦਾ ਹੈ ਭਾਜਾ ਓਏ ਤੂੰ ਕੀ ਕਰਦਾ ਇੱਥੇ ਅਣਿਆਈ ਮੌਤ ਮਰ ਜਾਏਗਾ ਵਿੱਚੇ ਇੱਕ ਢਾਠੀ ਬੰਨ ਢਾਠੀ ਬੰਨੀ ਬੰਦਾ ਮੈਨੂੰ ਘੂਰਦਾ ਹੈ ਮੈਂ ਖਤਾਨਾ ਵੱਲ ਸ਼ੂਟ ਵੱਟ ਲੈਣਾ ਫਿਰ ਖੜ ਕੇ ਪੁਲਾਂ ਵੱਲ ਵੇਖਦਾ ਕਾਫਲਾ ਨੇੜੇ ਆ ਗਿਆ ਪੁਲ ਉੱਤੇ ਖੜੀ ਵਹੀਰ ਦੇਖ ਕਾਫਲੇ ਦੇ ਮੋਰੇਲੀਆਂ ਚੋਂ ਇੱਕ ਦੋ ਜਣੇ ਹਵਾਈ ਫਾਇਰ ਕਰਦੇ ਨੇ ਪੋਲਾਂ ਦੇ ਖੜੀ ਵਹੀਰ ਦੀਆਂ ਖਤਾਨਾਂ 'ਵਲਪ ਪਦੀੜਾਂ ਪੈਂਦੀਆਂ ਨੇ ਰਫਲਾਂ ਵਾਲਿਆਂ ਦਾ ਟਾਂਗਾਪੁਲ ਪਾਰ ਕਰ ਜਾਂਦਾ ਹੈ ਕਾਫਲੇ ਦੇ ਮਗਰਲੇ ਲੋਕ ਗੱਡਿਆਂ, ਗਧਿਆਂ, ਡੰਗਰਾਂ, ਪੇਡਾਂ, ਬੱਕਰੀਆਂ ਵਾਲੇ ਨੇ ਮੈਲੇ ਕੁਚਲੇ ਕੱਪੜੇ ਪਾਏ ਹੋਏ ਨੇ ਹੱਥੇ ਖਤਾਨਾਂ 'ਚੋਂ ਜੈਕਾਰੇ ਗੂੰਜਦੇ ਨੇ ਪਹਿਲਾਂ ਦੱਬਵੇਂ ਫਿਰ ਉੱਚੇ ਕਾਫਲੇ ਉੱਤੇ ਤਜ਼ਾਬੀ ਬੋਤਲਾਂ, ਇੱਟਾਂ ਵੱਟੇ ਵਰਨੇ ਸ਼ੁਰੂ ਹੋ ਗਏ ਕਾਫਲੇ 'ਚ ਭਾਜੜ ਮੱਚਦੀ ਹੈ ਫਿਰ ਇੱਕਦਮ ਹੱਲਾ ਬੁੱਢੇ ਜਵਾਨ ਤੀਵੀਆਂ ਬੱਚੇ ਸਭ ਕੋਏ ਜਾ ਰਹੇ ਨੇ ਲੋਕ ਭੱਜ ਰਹੇ ਨੇ ਡਿੱਗ ਰਹੇ ਨੇ ਭੱਜ ਰਹੇ ਨੇ ਬੰਦੇ ਮਾਲ ਵਿਸਾਰ ਕੇ ਮਾਵਾਂ ਪੁੱਤ ਨਹਿਰ ਚ ਛਾਲਾ ਮਾਰੀਆਂ ਜਾ ਰੀਆਂ ਨੇ ਨਹਿਰ ਦੇ ਲਹੂ ਰੰਗੇ ਪਾਣੀ ਚ ਨਿੱਕਾਂ ਸਿਰ ਡੁੱਬ ਤਰ ਰਹੇ ਨੇ ਇੱਕ ਬੰਦਾ ਹਮਲਾ ਕਰਨ ਵਾਲੇ ਦੇ ਹੱਥ ਚ ਬਰਛਾ ਵੇਖ ਨਹਿਰ ਦੇ ਕੰਡੇ ਤੋਂ ਪਾਣੀ ਚ ਛਾਲ ਮਾਰਦਾ ਹੈ ਉਹਦਾ ਸਿਰ ਪਾਣੀ ਦੇ ਉੱਪਰ ਆਉਂਦਾ ਹੈ ਉਹਦੀਆਂ ਅੱਖਾਂ ਖੁੱਲ੍ਹਦੀਆਂ ਨੇ ਡਰ ਨਾਲ ਫੈਲ ਜਾਂਦੀਆਂ ਨੇ ਉਹ ਫੇਰ ਲੰਬੀ ਡੁਬਕੀ ਮਾਰਦਾ ਹੈ ਨਹਿਰ ਦੇ ਡੂੰਘੇ ਪਾਣੀ 'ਚ ਜਾਣ ਦੀ ਥਾਂ ਉਹ ਬੌਂਦਲ ਕੇ ਕੰਡੇ ਵਾਲਾ ਆ ਜਾਂਦਾ ਹੈ ਹੋਰ ਬੌਂਦਲ ਜਾਂਦਾ ਤੇ ਆਪਣਾ ਗੰਜਾ ਸਿਰ ਬਰਛੇ ਦੀ ਸੇਧ ਚਾਪੇ ਕਰ ਦਿੰਦਾ ਪੋਲ ਉਤੇ ਲਾਸ਼ਾਂ ਦੇ ਢੇਰ ਲੱਗ ਗਏ ਨੇ ਸੱਤਰਾਂ ਦੇ ਸੱਤਰ ਦੇਖ ਕੇ ਮੈਂ ਬੌਂਦਲ ਜਾਣਾ ਡਰ ਹੈ ਨਹੀਂ 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 ਡਰ ਡਰ ਮੇਰੇ ਤੋਂ ਅੰਦਰ ਲੈ ਗਿਆ ਹੈ ਲਾਸ਼ਾਂ ਤੋਂ ਕਾ ਦਾ ਡਰ ਇਹ ਮਾਰਦੀਆਂ ਨਹੀਂ ਹੁੰਦੀਆਂ ਦੇਖੀਆਂ ਵੀ ਤਾਂ ਨਹੀਂ ਜਾਂਦੀਆਂ ਮੈਂ ਅੱਖਾਂ ਮੀਟ ਲੈਣਾ ਮਿੱਟੀ ਰੱਖਦਾ ਗੁਮਸਮ ਬੰਦੇ ਮਾਲ ਲੈ ਗਏ ਲਾਸ਼ਾਂ ਛੱਡ ਗਏ ਤੇ ਮੇਰੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ ਅਚਾਨਕ ਇੱਕ ਬੱਚੇ ਦੀ ਆਵਾਜ਼ ਮੇਰੇ ਕੰਨਾਂ 'ਂ ਪੈਂਦੀ ਹੈ ਬੱਚੇ ਦੇ ਰੋਣ ਦੀ ਆਵਾਜ਼ ਮੇਰੀਆਂ ਅੱਖਾਂ ਆਪੇ ਖੁੱਲ ਗਈਆਂ ਪਟਕ ਕਰਕੇ ਪੁਲ ਵੱਲ ਨਿਗਾਹ ਗਈ ਓਏ ਆਖੀ ਆ ਚਾਚੀ ਇੰਦਰਕੌਰ ਕਿੱਥੋਂ ਪ੍ਰਗਟ ਹੋ ਗਈ ਡੰਗਰ ਚਾਰ ਕੇ ਮੁੜੀ ਹੋਣੀ ਹੈ ਬਹੁਤ ਦੂਰ ਤੱਕ ਲੈ ਜਾਂਦੀ ਹੈ ਡੰਗਰ ਤੇ ਮੇਰਾ ਹੌਸਲਾ ਵੱਧ ਜਾਂਦਾ ਮੈਂ ਭੱਜ ਕੇ ਉਹਦੇ ਕੋਲ ਚਲਿਆ ਜਾਣਾ ਉਹ ਗਾਲਾਂ ਕੱਢ ਕੇ ਕੱਢ ਰਹੀ ਐ ਉਹ ਜ਼ਾਲਮੋਂ ਕੀੜੇ ਪੈ ਕੇ ਮਰੋਂ ਹਾਂ ਸਿਆਰਿਓ ਉਹ ਥੋੜਾ ਕੱਖ ਨਾ ਰਹੇ ਇਹਨਾਂ ਗਰੀਬਾਂ ਨੇ ਥੋੜਾ ਕੀ ਵਿਗਾੜਿਆ ਤੀ ਵੈਰੀਓ ਗਾਲਾਂ ਕੱਢਦੀ ਕੱਢਦੀ ਉਹ ਬੱਚੇ ਵੱਲ ਵਾਦੀ ਐ ਬੱਚਾ ਮਰੀ ਹੋਈ ਮਾਂ ਦੀਆਂ ਛਾਤੀਆਂ ਪਪੋਲ ਰਿਆ ਐ ਪਪੋਲਦਾ ਪਪੋਲਦਾ ਫਿਰ ਲੇਰਾ ਮਾਰਨ ਲੱਗਦਾ ਐ ਚਾਚੀ ਉਸ ਵੱਲ ਮਮਤਾ ਭਰੀਆਂ ਅੱਖਾਂ ਨਾਲ ਵੇਖਦੀ ਹੈ ਫਿਰ ਧਾਕੇ ਬੱਚੇ ਨੂੰ ਚੁੱਕਦੀ ਹੈ ਆਪਣੇ ਛਾਤੀ ਨਾਲ ਲਾਉਂਦੀ ਹੈ ਫਿਰ ਖੱਬੇ ਸੱਜੇ ਹਲੋਰੇ ਉੱਠਦੀ ਹੈ ਨਹੀਂ ਮੈਂ ਸਦਕੇ ਜਾਵਾਂ ਜੁਗ-ਜੁਗ ਜੀਓ ਮੇਰੇ ਲਾਲ ਬਸ ਕਰ ਮੇਰੀ ਡੱਡ ਨਾ ਰੋ ਮੇਰੇ ਬੱਚੜਿਆ ਨਾ ਰੋ ਰੋਣ ਤੇਰੇ ਵੈਰੀ ਦੁਲਾਰ ਦੀ ਦੁਲਾਰ ਦੀ ਉਹ ਬੱਚੇ ਨੂੰ ਮੋਢੇ ਲਾ ਲੈਂਦੀ ਹੈ ਫਿਰ ਗਾਤਰੇ ਤੇ ਹੱਥ ਫੇਰਦੀ ਉਹ ਮੇਰੇ ਵੱਲ ਵੇਖਦੀ ਹੈ ਇਸ ਵੇਲੇ ਉਹ ਮੈਨੂੰ ਬਹੁਤ ਚੰਗੀ ਲੱਗਦੀ ਐ ਪੰਗਰੀ ਪੰਗਰੀ ਮੂੰਹ ਚ ਭਿੱਜੀ ਹੋਈ ਤੂੰ ਇੱਥੇ ਕੀ ਕਰਨ ਆਇਆ ਤੀ ਵੇ ਉਹ ਮੈਨੂੰ लाਡ ਨਾਲ ਘੁਰਦੀ ਐ ਦੇਖਣ ਇਹੀ ਬੋਲ ਨਿਕਲਦਾ ਮੇਰੇ ਮੂੰਹ ਦੇਖਣ ਨੂੰ ਮੇਲਾ ਲੱਗਿਆ ਹੋਇਆ ਤੀ ਆ ਗਿਆ ਮੂੰਹ ਚੱਕ ਕੇ ਉਹਦੀ ਝਿੜਕ ਮੈਨੂੰ ਬੁਰੀ ਨਹੀਂ ਲੱਗਦੀ ਪਰ ਮੇਰੇ ਮੂੰਹੋਂ ਬੋਲ ਨਹੀਂ ਨਿਕਲਦੇ ਡਰ ਨਹੀਂ ਲੱਗਦਾ ਉਹ ਥੋੜੀ ਢੈਲੀ ਹੋ ਕੇ ਬੋਲਦੀ ਐ ਹੁਣ ਨਹੀਂ ਲੱਗਦਾ ਚਾਚੀ ਮੈਂ ਭਰੋਸੇ ਨਾਲ ਕਹਿਣਾ ਤੇ ਜੇ ਕੋਈ ਮਾਰ ਦਿੰਦਾ ਫੇਰ ਅਚਾਨਕ ਉਹਦੀਆਂ ਅੱਖਾਂ ਭਰ ਆਉਂਦੀਆਂ ਨੇ ਲੈ ਐਵੇਂ ਮਾਰ ਦਿੰਦਾ ਮੈਂ ਲਾੜ ਨਾਲ ਚਾਚੀ ਦੀਆਂ ਲੱਤਾਂ ਨੂੰ ਚੰਬੜ ਜਾਂਦਾ ਨਹੀਂ ਪੁੱਤ ਇਹਨਾਂ ਲੁੱਚਿਆਂ ਲੰਡਿਆਂ ਦਾ ਕੀ ਭਰੋਸਾ ਨਾ ਜਾਣੀਏ ਜਾ ਜਾਂਦੀ ਹੋ ਜਾਂਦੀ ਇਹ ਕਿਸੇ ਦੇ ਮਿੱਤ ਨਹੀਂ ਜਏ ਵੱਡਿਆਂ ਦੇ ਉਹ ਮੇਰੇ ਸਿਰ ਉੱਤੇ ਹੱਥ ਰੱਖ ਦਿੰਦੀ ਹੈ ਤੇ ਪਿੰਡ ਨੂੰ ਤੁਰ ਪੈਂਦੀ ਹੈ ਚਾਚੀ ਦੇ ਚਿਹਰੇ ਤੇ ਦੁੱਖ ਤਾਂ ਹੈ ਡਰ ਬਿਲਕੁਲ ਨਹੀਂ ਮੈਨੂੰ ਹੁਣ ਸਮਝ ਆਈ ਕਿ ਬਚੱਤਰ ਸਿੰਘ ਢਾਕੀਆ ਉਹਦੇ ਮੂਹਰੇ ਕਿਉਂ ਨਹੀਂ ਬੋਲਦਾ ਬੋਲ ਸਕਦਾ ਹੀ ਨਹੀਂ ਦਬਦਬਾਈ ਚਾਚੀ ਦਾ ਇਹੋ ਜਿਹਾ ਲੱਗਦਾ ਹੈ ਉਹ ਬਰੇਲੀਓ ਚਾਚੀ ਨੂੰ ਨਹੀਂ ਲੈ ਕੇ ਆਇਆ ਸਗੋਂ ਚਾਚੀ ਉਹਨੂੰ ਪਿੰਡ ਮੋੜ ਕੇ ਲੈ ਆਈ ਚਾਚੀ ਪਿੰਡ ਨਾਲ ਆਡਾ ਲਾ ਕੇ ਬਹਿ ਜਾਂਦੀ ਹੈ 75 ਸਿੰਘ ਚੁੱਪਚਾਪ ਇਤਾ ਦੇਖੀ ਜਾਂਦਾ ਹੱਦ ਅੱਕ ਕੇ ਕਹਿ ਦਿੰਦਾ ਉਹ ਹੁਣ ਜਾਣ ਵੀ ਦੇ ਬੱਸ ਕਰ ਕਿਉਂ ਐਵੇਂ ਬੋਲੀ ਜਾਨੀ ਹੈ ਤੇ ਉਹ ਗਰਜਦੀ ਹੈ ਤੂੰ ਬੈਠ ਰਮਾਣ ਨਾਲ ਮੋਜ ਕੋngੜੀਆਂ ਪਾ ਕੇ ਤੇ ਉਹ ਪੁਰਬਣੀ ਪੁਰਬਣੀ ਕਹੀ ਜਾਂਦੀਆਂ ਨੇ ਤਾਂ ਤੂੰ ਹੀੜੇ ਹੀੜ ਦੰਦੀਆਂ ਕੱਢੀ ਜਾਂਦਾ ਵੱਡਾ ਮਰਦ ਬਣਦਾ ਹੁਣ ਤੇਰੇ ਥਾਂ ਵੀ ਮੈਂ ਲੜਾਂ ਵਿਆਹ ਕੇ ਲਿਆਇਆ ਉਦਲ ਕੇ ਤਾਂ ਨਹੀਂ ਆਈ ਮੈਂ ਬਸੂੰਗੀ ਗੱਜ-ਵੱਜ ਕੇ ਕਿਸੇ ਦਾ ਡਰ ਮਾਰਿਆ ਸਾਨੂੰ ਜਾਂ ਮੇਰੇ ਜਾਂ ਮੇਰੀ ਬੇਬੇ ਨਾਲ ਲੜੂ ਮੰਗ ਖਾਣੀ ਜਾਤ ਹੰਦੇ ਮੰਗ ਮੰਗ ਖਲਾਉਂਦੀ ਐ ਨਿਆਣਿਆਂ ਨੂੰ ਹੱਥੀਂ ਕੰਮ ਕਰਕੇ ਖਾ ਕਮ ਜਾਤੇ ਉਹਦੇ ਲੜਾਕੇ ਬੋਲ ਮੇਰੇ ਕੰਨਾਂ 'ਚ ਗੂੰਜਦੇ ਹਨ ਚਾਚੀ ਮੂਰੇ ਮੂਰੇ ਤੁਰੀ ਜਾ ਰਹੀ ਹੈ ਗਾਤਰਾ ਉਹਦੀ ਵੱਖੀ 'ਚ ਝੂਲ ਰਿਹਾ ਹੈ ਉਹਦੇ ਮੋਢੇ ਨਾਲ ਬਾਲ ਲੂੰਗ ਰਿਹਾ ਉਂਗੇ ਜਾਂਦਾ ਫਿਰ ਅੱਖਾਂ ਖੋਲਦਾ ਹੋਇਆ ਆਪਣਾ ਅੰਗੂਠਾ ਚੁੰਗਣ ਲੱਗ ਪੈਂਦਾ ਮੈਂ ਮਗਰ ਮਗਰ ਤੁਰਿਆ ਜਾਂਦਾ ਚਾਚੀ ਦੇ ਤਕੜੇ ਮੋਢਿਆਂ ਉੱਤੇ ਮਸਤ ਹੋਏ ਬਾਲ ਦਾ ਗੋਲ ਗੋਲ ਪਰਮਾ ਤੇ ਖਿੜਿਆ ਚਿਹਰਾ ਵੇਖ-ਵੇਖ ਖੀਵਾ ਹੋਈ ਜਾ ਰਿਹਾ ਪਿੰਡ ਦੇ ਗੁਰਦੁਆਰੇ 'ਚ ਇੱਕ ਦਿਨ ਨਗਾਰਾ ਵੱਜਦਾ ਹੈ ਲੋਕ ਜੁੜਦੇ ਨੇ ਬੱਚੇ ਨੂੰ ਅਮਰਤ ਛਕਾਇਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਚੋਂ ਵਾਕ ਲੈ ਕੇ ਨਾਂ ਰੱਖਿਆ ਜਾਂਦਾ ਹਰਚੰਦ ਹਰਚੰਦ ਸਿੰਘ ਮੇਰੇ ਪਿੰਡ ਦੇ ਲੋਕ ਕਿੰਨੇ ਭੋਲੇ ਨੇ ਉਹਨਾਂ ਸੋਚ ਲਿਆ ਕਿ ਇੰਦਰਕੁਰ ਹੁਣ ਕਦੇ ਵੀ ਨਹੀਂ ਲੜੇਗੀ ਕਦੇ ਵੀ ਨਹੀਂ ਪਹਿਲਾਂ ਲੜਦੀ ਸੀ ਕਿਉਂਕਿ ਉਹਦੇ ਕੋਈ ਬੱਚਾ ਨਹੀਂ ਸੀ ਇਸੇ ਘਾਟ ਨੇ ਉਹਨੂੰ ਛੜਚੜਾ ਬਣਾ ਦਿੱਤਾ ਸੀ ਹੁਣ ਹੈਗਾ ਹਰਚੰਦ ਉਹਦੇ ਆਰਪਾਰ ਚੰਦਰਕੁਰ ਨੇ ਰੁੱਝੀ ਰਹਿਣਾ ਮੁੰਡੇ ਦਾ ਚਾਹ ਸੀ ਵੀ ਬਹੁਤ ਉਹਨੂੰ ਪਰ ਲੜਾਈ ਜਾਰੀ ਰਹੀ ਬਚੱਤਰ ਸਿੰਘ ਨਾਲ ਇਸ ਕਰਕੇ ਕਿ ਉਹ ਹਰਚੰਦ ਦਾ ਪੂਰਾ ਧਿਆਨ ਨਹੀਂ ਸੀ ਰੱਖਦਾ ਉਹ ਬੀਬਾ ਮਨੁੱਖ ਸੀ ਚੁੱਪਚਾਪੀਤਾ ਪਿੰਡ 'ਚ ਡਾਕ ਵੰਡਦਾ ਤੇ ਫਿਰ ਹਰਚੰਦ ਨੂੰ ਕੰਢੇੜੇ ਚੁੱਕ ਪਿੰਡ ਦੇ ਦਰਵਾਜ਼ੇ ਚੱਲਿਆ ਜਾਂਦਾ 인ਦਰਕੁਰ ਦਾ ਕਹਿਣਾ ਸੀ ਵੀ ਹਰਚੰਦ ਨੂੰ ਇੱਕ ਗੋਦੀ ਤੇ ਡਾਕ ਦਾ ਥੈਲਾ ਦੂਜੀ ਗੋਦੀ ਚੱਕੇ ਡਾਕ ਹੁੰਦੀ ਵੀ ਤਾਂ ਥੋੜੀ ਜੀ ਸੀ ਤੂੜੀ ਦੀ ਪੰਡ ਥੋੜੀ ਸੀ ਜੋ ਕਿਰ-ਕਿਰ ਹਰਚੰਦ ਦੀ ਅੱਖਾਂ 'ਚ ਪੈਂਦੀ ਆਪਣੇ ਦਰਾਨੀ ਬਚਨ ਕਰਨ ਨਾਲੇ ਇਸ ਕਰਕੇ ਯੁੱਧ ਹੁੰਦਾ ਪਰ ਉਹ ਹਰਚੰਦ ਨੂੰ ਦੇਖ ਦੇਖ ਜਲਦੀ ਸੀ ਦਿਉਰ ਹਾਕਮ ਸੀ ਉਹਨੂੰ ਪੁਣ ਦੇ ਕਿ ਉਹਨਾਂ ਦੀ ਜ਼ਮੀਨ ਦੱਬੀ ਬੈਠਾ ਸੀ ਤੇ ਬਚਿੱਤਰ ਸਿੰਘ ਨੂੰ ਓਟੇ ਚ ਸਮਝਦੀ ਸੀ ਹੋ ਲੈਣਦੇ ਉਹ ਹਰਚੰਦ ਨੂੰ ਬੜਾ ਫੇਰ ਦੱਸਾਂਗੇ ਬਗਾਨਾ ਹੱਕ ਕਿਵੇਂ ਦੱਬੀਦਾ ਬਚਿੱਤਰ ਤਾਂ ਆਉਂਦੀ ਨਹੀਂ ਸੰਭਲਿਆ ਸੀ ਡੈਣ ਨੇ ਪਾਤਾ ਇਹਦੇ ਸਿਰਚ ਕੁਛ ਬਣਾਤਾ ਮੇਵਣਾ ਮੋਮੋ ਠਗੜੀ ਨੇ ਬਠਾਇਆ ਕਿ ਨਾ ਬਰਾਬਰ ਦਾ ਸ਼ਰੀਕ ਹਿੱਕ ਤੇ ਉਹ ਬੀਚ ਖੜ ਕੇ ਆਪਣੇ ਦਿਉਰ ਹਾਕਮ ਸਿੰਘ ਤੇ ਦਰਾਣੀ ਬਚਨ ਕੌਰ ਨੂੰ ਬੰਗਾਰਦੀ ਮੇਰੀ ਬੇਬੇ ਨੂੰ ਇਸ ਕਰਕੇ ਨਿੰਦਦੀ ਕਿ ਉਹ ਹਰਚੰਦ ਨੂੰ ਹੰਦੇ ਖਵਾ ਦਿੰਦੀ ਸੀ ਬੇਬੇ ਵੀ ਕਿਹੜੀ ਘਟਾ ਦੇਖੋ ਨੀ ਕਰਦੀ ਕੀ ਹੈ ਜਿਵੇਂ ਢਿੱਡੋ ਜਮਿਆ ਹੁੰਦਾ ਬਹੁਤੀ ਏਜਲੀ ਨਹੀਂ ਰੱਬ ਦਾ ਜੀ ਹੈ ਘਰ ਆਏ ਨੂੰ ਮੈਂ ਕਿਵੇਂ ਮੋੜਦਾ ਇਹ ਤੇਰੀ ਤਾਂ ਜੀ ਬਹੁਤੀ ਚਲਦੀ ਹੈ ਕੰਨਾਂ ਤਾਂ ਹੀ ਮੂੰਹ ਪਾਟਿਆ ਪਿਆ ਤੇਰਾ ਤਾਂ ਐਨੀ ਟੌਂਸ ਠੀਕ ਨਹੀਂ ਹੁੰਦੀ ਨਵੀਂ ਬਣੀ ਸਰਦਾਰਨੀ ਐ ਆਪਣਾ ਪਿੱਛਾ ਦੇਖ ਪਤਾ ਨਹੀਂ ਬਰੇਲੀ ਚ ਕੀ ਕਰਦੀ ਤੀ ਆ ਗਈ ਇੱਥੇ ਰੋਪਾਉਣ ਨੂੰ ਓਖੇ ਜੀ ਹੋਈ ਪਤਾ ਨਹੀਂ ਕੀ ਦਾ ਕੀ ਬੋਲੀ ਜਾਂਦੀ ਪਰ ਹਰਚੰਦ ਸਾਡੇ ਘਰ ਆਉਣੋਂ ਨਾ ਹਟਿਆ ਉਹਨੂੰ ਬੇਬੇ ਦੀ ਬਣਾਈ ਆਲੂਆਂ ਦੀ ਤਰੀ ਵਾਲੀ ਸਬਜੀ ਬਹੁਤ ਸਵਾਦ ਲੱਗਦੀ ਬੇ ਬੇਬੀ ਖੁਸ਼ ਉਹਦੀ ਕਾਲੀ ਚ ਤਰੀ ਨਾਲ ਭਰੀ ਖੜਚੀ ਉਲੱਦੀ ਜਾਂਦੀ ਨਾਲੇ ਬੋਲੀ ਜਾਂਦੀ ਪਤਾ ਨਹੀਂ ਕੀ ਦਾ ਭਾਗ ਹੈ ਭਾਈ ਕੌਣ ਕਿਸੇ ਦਾ ਖੰਦਾ ਹੈ ਇਹ ਤਾਂ ਕ੍ਰਿਸ਼ਨ ਹੈ ਮੇਰਾ ਬੰਸੀ ਵਾਲਾ ਚਾਚੀ ਦੇ ਅਨੇਕਾਂ ਰੂਪ ਸੀ ਉਹਦਾ ਸਭ ਤੋਂ ਪਿਆਰਾ ਰੂਪ ਮੈਨੂੰ ਉਹ ਲੱਗਦਾ ਜਦੋਂ ਪਿਗਲ ਕੇ ਮਮਤਾ ਦੀ ਮੂਰਤ ਬਣੀ ਹੁੰਦੀ ਉਹਦੀਆਂ ਗਾਲਾਂ ਤਾਨੇ ਮਿਹਣੇ ਤੇ ਫੋਟ ਫਟਕਾਰ ਉਸ ਸਮੇਂ ਮੈਨੂੰ ਸਭ ਭੁੱਲ ਜਾਂਦੇ ਹਰਚੰਦ ਜੇ ਕਦੇ ਕਿਸੇ ਨਿਆਣੇ ਨੂੰ ਮਾਰਦਾ ਤਵੰਤਾ ਦੇ ਮੋਹ ਚ ਆ ਕੇ ਕਹਿੰਦੀ ਨਾ ਮੇਰੀ ਡੱਡ ਕਦੇ ਨਾਲ ਕਦੇ ਅੱਡ ਆਪ ਤੂੰ ਮਾੜੇ ਨੂੰ ਨਹੀਂ ਮਾਰੀਦਾ ਹੁੰਦਾ ਪੌਪ ਲੱਗਦਾ ਜਿਉਂ ਕਰੇਗਾ ਤਾਂ ਮੈਂ ਤੇਰੀ ਮਾਂ ਨਹੀਂ ਬਣਨਾ ਏ ਸੱਚੇ ਪਾਸ਼ਾ ਬਾਜਾਂ ਆ ਲਿਆ ਇਹਨੂੰ ਸਮਤ ਬਖਸ਼ ਅਣਪੋਲ ਐ ਭੁੱਲ ਹੋ ਜਾਂਦੀ ਐ ਇਹਦੇ ਤੋਂ ਨਿੱਕੇ ਹੱਸੇ ਨਿੱਕੇ ਰੋਸੇ ਨਿੱਕੀਆਂ ਕਾਰਸਤਾਨੀਆਂ ਤੇ ਨਿੱਕੀਆਂ ਹੀ ਲੜਾਈਆਂ ਇਨਾ ਸੰਗੀ ਜਿੰਦਗੀ ਤੁਰੇ ਜਾ ਰਹੀ ਸੀ ਗੋਲ ਮਟੋਲ ਜਿਆ ਹਰਚੰਦ ਪੋਟਾ ਪੋਟਾ ਵੱਧ ਰਿਆ ਸੀ ਉਹ 5 ਸਾਲਾਂ ਦਾ ਹੋਇਆ ਤਾਂ ਉਹਨੂੰ ਮੈਂ ਪੜਾਉਣ ਲੱਗ ਪਿਆ ਆਪ ਪੜਦਾ ਰਿਹਾ ਸਾਲ ਚੜਦੇ ਸਾਲ ਬੀਤਦੇ ਬੀਤਦੇ ਚੜਦੇ ਮੈਂ ਬੀਐਡ ਕਰਕੇ ਮਾਸਟਰ ਲੱਗ ਗਿਆ ਕੁਝ ਵਰਿਆਂ ਬਾਅਦ ਹਰਚੰਦ ਦਸਵੀਂ ਚ ਹੋ ਗਿਆ ਗੱਭਰੂ ਇਹ ਨਾਂ ਨਿਗਾਹ ਤਿਲਕੇ ਅਸੀਂ ਦੋਸਤਾਂ ਵਾਂਗ ਰਹਿੰਦੇ ਵਰਤਦੇ ਸਾਂ ਖੁੱਲੀਆਂ ਬਹਿਸਾਂ ਕਰਦੇ ਸਾਂ ਬਹਿਸ ਕਰਦਾ ਕਰਦਾ ਉਹ ਇਨਾ ਭਾਵਕ ਹੋ ਜਾਂਦਾ ਕਿ ਛੋਟੇ ਵੱਡੇ ਦਾ ਰੱਖ ਰਖਾਓ ਵੀ ਭੁੱਲ ਜਾਂਦਾ ਮੈਂ ਖੁਸ਼ ਸਾਂ ਕਿ ਚੰਗਾ ਵਿਦਿਆਰਥੀ ਹੋਣ ਤੋਂ ਸਿਵਾਏ ਉਹ ਲੋਕਾਂ ਦੇ ਕਮਾਂਕਾਰਾਂ ਨਿੱਕੇ ਮੋਟੇ ਝਮੇਲਿਆਂ 'ਚ ਦਿਲਚਸਪੀ ਲੈਣ ਲੱਗ ਪਿਆ ਲੋਕਾਂ ਦੇ ਦੁੱਖਾਂ ਸੁੱਖਾਂ ਦਾ ਭਾਈਵਾਲ ਹਰ ਸ਼ਨੀਵਾਰ ਵਿਦਿਆਰਥੀਆਂ ਦੀ ਮੀਟਿੰਗ ਹੁੰਦੀ ਹਰ ਚੰਦ ਉਸਤ ਵੱਧ ਚੜ ਕੇ ਹਿੱਸਾ ਲੈਂਦਾ ਮੈਨੂੰ ਇਸ ਮੁੰਡੇ ਤੋਂ ਬਹੁਤ ਆਸਾਂ ਸੀ ਜ਼ਿੰਦਗੀ ਬਹੁਤ ਸੋਹਣੀ ਬੀਤ ਰਹੀ ਸੀ ਉਹਦੀ ਸੰਗਤ ਚ ਪਰ ਇੱਕ ਦਿਨ ਪਿੰਡ ਚ ਰੌਲਾ ਪੈ ਗਿਆ ਹਰਚੰਦ ਪਿੰਡੋਂ ਭੱਜ ਗਿਆ ਸੀ ਚੋਰੀਆਂ ਕਿਸੇ ਨੂੰ ਵੀ ਦੱਸੇ ਬਿਨਾ ਪਿੰਡ ਚ ਤਾਂ ਉਦੋਂ ਪਤਾ ਲੱਗਿਆ ਜਦੋਂ ਹਾਕਮ ਸਿੰਘ ਖੇਤੋਂ ਆਇਆ ਖਫਾ ਖੂਨ ਹੋਇਆ ਹੋਇਆ ਭਰਿਆ ਪੀਤਾ ਤੇ ਆਉਂਦਾ ਹੀ ਉਹਨੇ ਪਿੰਡ ਸਿਰ ਤੇ ਚੱਕ ਲਿਆ ਅਸੀਂ ਪਟ ਤੇ ਓਏ ਓਏ ਪਿੰਡਾ ਸਾਡਾ ਬਹੁਤਾ ਨੁਕਸਾਨੀਆਂ ਗਿਆ ਡਾਂਗ ਮਾਰੀ ਓਏ ਬੋਤੇ ਦੀ ਅੱਖ ਤੇ ਭੰਨਤੀ ਅੱਖ ਕੰਜਰ ਦੇ ਬੀ ਨੇ 73 ਨਹੀਂ ਤਾਂ ਪੈਸੇ ਭਰ ਦੇ ਨਹੀਂ ਮੁੰਡਾ ਦੱਸ ਕਿੱਥੇ ਲੁਕਾਇਆ ਅੱਜ ਨਹੀਂ ਛੱਡਦਾ ਉਹਨੂੰ ਮੈਂ ਥੋੜੀ ਉਹ ਕੁਜਾਤਾਂ ਪਾਲ ਨਾਲਿਆਂ ਦੀ ਕੱਢ ਓਏ ਬਾਹਰ ਇਹਨੂੰ ਉੱਪ ਚੱਤਰ ਸਿੰਘ ਦੇ ਬਾਰ ਮੂਰੇ ਖੜਾ ਲਲਕਾਰੇ ਮਾਰ ਰਿਹਾ ਸੀ ਹਰਚੰਦ ਖੂਦ ਤੋਂ ਹੀ ਭੱਜ ਗਿਆ ਸੀ ਬਚੱਤਰ ਸਿੰਘ ਅੰਦਰ ਵੜ-ਵੜ ਰੋਇਆ ਕਰੇ ਇੰਦਰ ਕੁਰ ਹਰ ਦੂਜੇ ਤੀਜੇ ਦਿਨ ਹਾਕਮ ਸਿੰਘਾਂ ਦੇ ਟੱਬਰ ਨੂੰ ਪੁਣਿਆ ਕਰੇ ਤੁਨੂੰ ਆਜੇ ਢਾਈ ਘੜੀਆਂ ਦੀ ਉਹ ਮੈਂ ਤਾਂ ਕਹਿੰਨੀ ਆ ਬੇੜਾ ਕਰਕ ਹੋ ਜੇ ਤੁਹਾਡਾ ਜੈ ਵੱਡੇਓ ਦਿਓ ਆਤ ਹੋ ਕੇ ਮਰੋ ਤੁਸੀਂ ਵੇ ਪਿੰਡਾ ਓਏ ਨਾ ਝਾਲਮਾ ਨੇ ਮੇਰਾ ਪੁੱਤ ਮਾਰਤਾ ਬਚਣੀਏ ਤੂੰ ਰੰਡੀ ਹੋ ਕੇ ਮਰੇ ਹੋ ਗਿਆ ਹੁਣ ਕੱਲ ਦਾ ਠੰਡਾ ਤੇਰਾ ਮੇਰਾ ਪੁੱਤ ਮਰਵਾ ਕੇ ਹਾਏ 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 ਉਹ ਬੀਹੇ ਚ ਖੜ ਕੇ ਸਿਆਪਾ ਕਰਦੀ ਤੇ ਬੇਬੇ ਬਾਹ ਫੜ ਕੇ ਉਹਨੂੰ ਅੰਦਰ ਲੈ ਜਾਂਦੇ ਸਬਰ ਕਰ ਅੰਦਰ ਕੁਰੇ ਸਬਰ ਦੇਖ ਲੈ ਹਰ ਚੰਦ ਨੇ ਆਪੇ ਆ ਜਾਣਾ ਇੱਕ ਦਿਨ ਉਹ ਤਾਂ ਕ੍ਰਿਸ਼ਨ ਹੈ ਮੇਰਾ ਜੋਜ ਕਰਦਾ ਸਾਡੇ ਨਾਲ ਕਿੰਨੇ ਦਿਨਾਂ ਬਾਅਦ ਨਿਕਲਿਆ ਅਸੀਂ ਨਦੀ ਚੋਂ 나ਗ ਨੂੰ ਨੱਥ ਪਾ ਕੇ ਜੈ ਹੋ ਬੰਸੀ ਵਾਲਿਆ ਤੇਰੀ ਸਦਾ ਜੈ ਹੋ ਹੁਣ ਹੋਰ ਇਮਤਿਹਾਨ ਨਾ ਲੈ ਸਾਡਾ ਇਸ ਤਤੜੀ ਕੰਨੀ ਵੀ ਦੇਖ ਕਿਵੇਂ ਦਸੋਂਟੇ ਕੱਟਦੀ ਐ ਤੂੰ ਸਬਰ ਕਰ ਇੰਦਰਕੁਰੇ ਸਬਰ ਬੇਬੇ ਉਹਦੀ ਧੀ ਟੀਰਜ ਬਣਾਉਂਦੀ ਹਾਕਮ ਸਿਆ ਬਚਨ ਕੁਰੇ ਸਾਡਾ ਸਬਰ ਪਵੇ ਥੋਡੇ ਤੇ ਇੰਦਰਕੁਰ ਹੋਰ ਵੀ ਜੋਸ਼ ਚਾਕੇ ਛੱਤਣ ਵੱਲ ਹੱਥ ਅੱਡਦੀ ਤੇ ਧੜਾਮ ਕਰਕੇ ਧਰਤੀ ਨਾਲ ਮਾਰਦੀ ਮੇਲਣ ਲੱਗ ਪੈਂਦੀ ਸਭ ਤੋਂ ਪਹਿਲਾਂ ਚਿੱਠੀ ਆਈ ਮੈਨੂੰ ਹਰਚੰਦ ਦੀ ਕਲਕੱਤੇ ਤੋਂ ਪੂਰੇ ਢਾਈਆਂ ਵਰਿਆਂ ਪਿੱਛੋਂ ਉੱਥੇ ਉਹ ਪਹਿਲਾਂ ਬਸਾਂ ਧੋਂਦਾ ਰਿਹਾ ਫਿਰ ਕਲੀਨਰ ਬਣਿਆ ਹੁਣ ਤੇ ਡਰਾਈਵਰੀ ਸਿੱਖ ਰਿਹਾ ਸੀ ਤੇ ਜੇ ਸੁਖ ਰਹੀ ਤਾਂ 57 ਸਾਲਾਂ ਚ ਆਪਾਂ ਟਰੱਕ ਲੈ ਲਾਂਗੇ ਮਾਂ ਦਾ ਧਿਆਨ ਰੱਖਿਓ ਨਹੀਂ ਲਿਖਿਆ ਸੀ ਚਿੱਠੀ ਦਾ ਸੁਣ ਕੇ ਬੇਬੀ ਭੱਜੀ ਭਜੀਂਦਰਕੁਰ ਕੋਲ ਗਈ ਉਹ ਮੰਜੇ ਨਾਲ ਮੰਜਾ ਹੋਈ ਪਈ ਸੀ ਹੁਣ ਅੰਦਰੋਂ ਨਹੀਂ ਸੀ ਨਿਕਲਦੀ ਉਹਦੇ ਮੂੰਹੋਂ ਬਸ ਇਹੀ ਬੋਲ ਨਿਕਲਦੇ ਵੇ ਮੈਂ ਫਕਤ ਫਕੀਰ ਨਹੀਂ ਪੁੱਤਾ ਇੰਦਰ ਕੋਰੇ ਨਹੀਂ ਇੰਦਰ ਕੋਰੇ ਵਧਾਈ ਹੋਵੇ ਉਠ ਲੱड्डੂ ਵੰਡ ਲੱड्डੂ ਸੁਖ ਨਾਲ ਮੇਰਾ ਕ੍ਰਿਸ਼ਨ ਹੈਗਾ ਤਕੜੀ ਹੋ ਬਸ ਆਇਆ ਲੈ ਮੈਂ ਕਹਿੰਦੀ ਸੀ ਬੇਬੇ ਦੇ ਬੋਲਾਂ ਨੇ ਜਿਵੇਂ ਉਹਦੇ ਅੰਦਰ ਜਾਨ ਪਾਤੀ ਉਪਮਤਰੀ ਜੀ ਬੇਬੇ ਵੱਲ ਚੱਕੀ ਜਾਵੇ ਜਿਵੇਂ ਉਹਨੂੰ ਯਕੀਨ ਨਾ ਰਿਹਾ ਹੋਵੇ ਮੈਂ ਆਪ ਜਾ ਕੇ ਚਾਚੀ ਨੂੰ ਚਿੱਠੀ ਸੁਣਾਈ ਉਹ ਖੜਪੜ ਗਈ ਚਿੱਠੀ ਉੱਤੇ ਉਹਨੇ ਆਪਣਾ ਪਤਾ ਨਹੀਂ ਲਿਖਿਆ ਆਪਾਂ ਚਿੱਠੀ ਕਿੱਧਰ ਨੂੰ ਪਾਈਏ ਮੈਂ ਪੁੱਛਿਆ ਚਾਚੀ ਦਾ ਹਾਸਾ ਨਿਕਲ ਗਿਆ ਤੇਰੀ ਬੇਬੇ ਠੀਕ ਕਹਿੰਦੀ ਸੀ ਹਾਂ ਤਾਂ ਉਹ ਪੱਕਾ ਚਲਾ ਕੇ ਦੇਖਿਆ ਰੱਖ ਗਿਆ ਨਾ ਭੇਤ ਉਹ ਜਾਣੇ ਜਿਉਂਦਾ ਵਸਦਾ ਰਹੇ ਹੁਣ ਨਹੀਂ ਮੈਂ ਮਰਦੀ ਉਹਦਿਆਂ ਬੋਲਾਂ ਚ ਪੁਰਾਣਾ ਗੜਕਾ ਆ ਗਿਆ ਫੇਰ ਆਈਆਂ ਉਹਦੀਆਂ ਚਿੱਠੀਆਂ ਪਤੇ ਵਾਲੀਆਂ ਇਧਰੋਂ ਰਾਜੀ ਖੁਸ਼ੀ ਦੀਆਂ ਅਸੀਂ ਪਾਉਂਦੇ ਰਹੇ ਇੰਦਰਕੁਰ ਨੂੰ ਉਹ ਮੰਨੀ ਆਰਡਰ ਰਹੀਂ ਪੈਸੇ ਭੇਜ ਦਿੰਦਾ ਕਦੇ-ਕਦੇ ਆ ਪਾ ਕੇ ਮਿਲ ਜਾਂਦਾ ਰਾਤ ਹੀ ਆਉਂਦਾ ਦਿਨ ਚੜਦੇ ਨੂੰ ਮੁੜ ਜਾਂਦਾ ਇਸ ਦਰਾਂ ਨੂੰ ਹਾਕਮ ਸਿੰਘ ਦੇ ਘਰ ਕਦੇ ਵੀ ਨਾ ਗਿਆ ਪਿਛਲੇ 2 ਸਾਲ ਤੋਂ ਆਉਣ-ਆਉਣ ਕਰਦਾ ਆਇਆ ਨਾ ਅਸੀਂ ਜਾਣ-ਜਾਣ ਕਰਦੇ ਗਏ ਨਾ ਕਲਕੱਤਾ ਕਿਤੇ ਨੇੜੇ ਹੀ ਸੀ ਰੱਬ ਦੀ ਧੁੰਨੀ ਚ ਤਸੀ ਕਲਕੱਤਾ 10 ਸਾਲ ਬੀਤ ਗਏ ਉਹ ਨਵਾਂ ਟਰੱਕ ਲੈ ਕੇ ਆਇਆ ਪਿੰਡ ਦੋ ਰਾਤਾਂ ਰਿਹਾ ਦੋਵੇਂ ਰਾਤਾਂ ਅਸੀਂ ਸੁੱਤੇ ਨਾ ਗੱਲਾਂ 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 ਇਹ ਮੁੱਕਣ ਚ ਕਿਹੜਾ ਆਉਂਦੀਆਂ ਸੀ ਗੱਲਾਂ ਉਹਦੀਆਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਉਹ ਹੋਰ ਸਿਆਣਾ ਹੋ ਗਿਆ ਸੀ ਬਹੁਤ ਤਿੱਖਾ ਜਾਂਦਾ ਜਾਂਦਾ ਮੈਨੂੰ ਉਹ ਇੱਕ ਭੇਤ ਦੀ ਗੱਲ ਵੀ ਦੱਸ ਗਿਆ ਮੈਂ ਵਿਆਹ ਕਰਾ ਲਿਆ ਸਵਤਾਨਾ ਹੈ ਕੁੜੀ ਦਾ ਪੜ੍ਹੀ ਲਿਖੀ ਬੰਗਾਲਣ ਹੈ ਜਦੋਂ ਮੈਂ ਉਹਨੂੰ ਤਾਈ ਦੀ ਮੈਨੂੰ ਕ੍ਰਿਸ਼ਨ ਕਹਿ ਕੇ ਬੁਲਾਉਣ ਦੀ ਗੱਲ ਸੁਣਾਈ ਤਾਂ ਹੱਸ ਪਈ ਹੁਣ ਉਹ ਮੈਨੂੰ ਹਰਚੰਦ ਨਹੀਂ ਸ਼ਾਮ ਕਹਿ ਕੇ ਬੁલાਉਂਦੀ ਹੈ ਉਸ ਪਿੱਛੇ ਬੜਾ ਕੁਝ ਵਾਪਰਿਆ ਚਾਚੀ ਅੰਦਰਕੌਰ ਨੂੰ ਪਤਾ ਨਹੀਂ ਕਾਦੇ ਗੰਮ ਨੇ ਖਾ ਲਿਆ ਉਹ ਅੰਦਰੇ ਅੰਦਰ ਕੋਲ ਕੋਲ ਮਰ ਗਈ ਬਚੱਤਰ ਸਿੰਘ ਨੂੰ ਦਿਸਣੋਂ ਹਟ ਗਿਆ ਤੇ ਉਹ ਗੁਰਦੁਆਰੇ 'ਚ ਰਹਿਣ ਲੱਗ ਪਿਆ ਤੇ ਬੇਬੇ ਮੇਰੀ ਆਪਣੀ ਨੂਨ ਨਾਲ ਲੜ ਕੇ ਹਰਦੁਆਰ ਜਾ ਕੇ ਰਹਿਣ ਲੱਗ ਪਈ ਮਿੰਟਾਂ ਉਤਰਲਿਆਂ ਦੇ ਬਾਵਜੂਦ ਜਦੋਂ ਨਾ ਆਈ ਤਾਂ ਅਸੀਂ ਉਹਨੂੰ ਉੱਥੇ ਕਮਰਾ ਪੁਆਤਾ ਤਾਂ ਕਿ ਨਿਰਵਿਗਨ ਹਰੀ ਦਾ ਨਾਮ ਜਪ ਸਕੇ ਬਚਨਕੁਰ ਦਾ ਦਿਮਾਗ ਹਿੱਲ ਗਿਆ ਉਹ ਪਿੰਡ 'ਚ ਜਦੋਂ ਵੀ ਨਿਕਲਦੀ ਤਾਂ ਦੱਬਾਂਗੇ ਦੱਬਾਂਗੇ ਕਰਨ ਲੱਗ ਪੈਂਦੀ ਹੈ ਘਰ ਦੇ ਉਹਨੂੰ ਖੜੀਸ ਕੇ ਘਰ ਅੰਦਰ ਸੁੱਟਦੇ ਐ ਤੇ ਉਹ ਬਾਹਰ ਨੂੰ ਭੱਜਦੀ ਐ ਹਾਕਮ ਸਿੰਘ ਤੁਰਨ ਫਿਰਨ ਜੋਗਾ ਨਹੀਂ ਰਿਹਾ ਉੰਜੋ ਦੀ ਸਰਕਾਰੀ ਦਰਬਾਰੇ ਬੜੀ ਪੁੱਛ ਪ੍ਰਤੀਤ ਹੈ ਵੱਡੇ ਮੁੰਡੇ ਨੂੰ ਲਿੰਕ ਰੋਡ ਲਈ ਬੱਸ ਰੂਟ ਦਾ ਪਰਮੰਟ ਉਹਨੇ ਲਾ ਦਿੱਤਾ ਤੇ ਉਹਨੇ ਦੋ ਬੱਸਾਂ ਪਾ ਲਈਆਂ ਛੋਟਾ ਅਜੇ ਕਾਲਜ ਜਾਂਦਾ ਹਰ ਚੰਦ ਦੇ ਘਰ ਦੋ ਨਿਆਣੇ ਹੋਏ ਇੱਕ ਕੁੜੀ ਇੱਕ ਮੁੰਡਾ ਮੇਰੇ ਘਰ ਤਿੰਨ ਜੀ ਹੋਰ ਆਏ ਦੋ ਕੁੜੀਆਂ ਇੱਕ ਮੁੰਡਾ ਕੁੜੀਆਂ ਦੇਖਦੇ ਆਂ ਦੇਖਦੇ ਆਂ ਵੱਡੀਆਂ ਹੋ ਗਈਆਂ ਮੁੰਡਾ ਅਜੇ ਛੋਟਾ ਧੰਨਵਾਦ